ਨਵੇਂ ਮਿੱਤਰ ਟਾਈਮ ਹੋ ਗਿਆ 7:46 ਤੇ ਹੁਣ ਚੱਲੇ ਹਾਂ ਦਰਬਾਰ ਸਾਹਿਬ। ਉੱਠ ਨਹੀਂ ਹੋਇਆ ਬਾਈ, ਕੋਈ ਉਹ ਨਹੀਂ ਹੈ, ਕਰ ਲੈ ਜੀ ਨਹੀਂ ਬੇਇੱਜ਼ਤੀ ਕਰਨੀ ਹੈ। ਮੈਂ ਵੀ ਉੱਠ ਗਿਆ ਤਾ, ਪਰ ਨਾ ਮੈਨੂੰ ਨੀਂਦ ਹੀ ਨਹੀਂ ਆਈ ਦੀ। 3 ਵਜੇ ਤਾਂ ਨੀਂਦ ਆਈ, ਫਿਰ ਮੈਂ ਕਿਹਾ ਯਾਰ ਫਿਰ ਹੁਣ 2 ਘੰਟੇ ਸੌਂ ਕੇ ਫੇਰ ਹੀ ਚੱਲਦੇ ਹਾਂ। ਆਹੋ ਨੀਂਦ ਨਹੀਂ ਆ ਰਹੀ ਸੀ ਤੇ ਚਲੋ ਮੈਂ ਤਾਂ ਉੱਥੇ ਟੇਕ ਕੇ ਫਿਰ ਮਿਲਦੇ ਤੁਹਾਨੂੰ ਅੰਦਰ ਤਾਂ ਆਪਾਂ ਨੇ ਵੀਡੀਓ ਬਣਾਉਣੀ ਨਹੀਂ ਦੇਖ ਭਾਈ, ਸਿੱਧੀ ਜੀ ਗੱਲ ਆ, ਜਿਹੜੀ ਚੀਜ਼ ਦੀ ਅੰਦਰ ਮਨਾਹੀ ਆ ਉਹ ਆਪਾਂ ਕਿਉਂ ਕਰੀਏ। ਦਰਬਾਰ ਸਾਹਿਬ ਮੱਥਾ ਟੇਕ ਆਏ ਤੇ ਆਪਾਂ ਤੇ ਇਸ ਟਾਈਮ ਅੰਦਰੂਨ ਅੰਮ੍ਰਿਤਸਰ ਚੱਲ ਗਏ, ਜਿਵੇਂ ਉਹ ਕਹਿੰਦੇ ਨੇ ਇੱਧਰ ਦੁਕਾਨਾਂ ਪੁਰਾਣੀਆਂ ਪੁਰਾਣੀਆਂ ਬਹੁਤ ਤੇ ਇੱਧਰ ਹੋਟਲ ਲੈਣ ਸਾਰੇ ਤੇ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਬਈ ਮੈਂ ਜਾਣਾ ਕਿੱਧਰ ਨੂੰ। ਆ ਤਾਂ ਗਿਆ ਮੈਂ, ਆ ਸਿੱਧਾ ਹੀ ਜਾਣਾ ਮੈਨੂੰ ਲੱਗਦਾ ਮੈਂ ਰੋਡ ਤੇ। ਜੱਸੀ ਨੂੰ ਗਏ ਹੋਟਲ 'ਚ, ਮੈਂ ਆਇਆ ਸੀਗਾ ਕੋਈ ਕੰਮ ਤੇ ਕੰਮ ਬਣਿਆ ਨਹੀਂ ਆਪਣਾ ਤੇ ਚੱਲੇ ਹਾਂ ਵਾਪਸ ਹੋਟਲ 'ਚ। ਮੈਂ ਕਿਹਾ ਦਿਖਾ ਦਈਏ ਤੁਹਾਨੂੰ ਅੰਦਰੋਂ ਅੰਮ੍ਰਿਤਸਰ, ਜਿਹੜੇ ਭਰਾਵਾਂ ਨੇ ਨਹੀਂ ਦੇਖਿਆ ਆਪਣੇ ਨੇ ਅੰਦਰ ਵਾਲੀ ਗਲੀਆਂ ਤੇ ਹੁਣੇ ਜਾਵਾਂਗੇ ਆਪਾਂ ਆਈਸਕ੍ਰੀਮ ਖਾਣ ਨੁਣ ਮਿਰਚ ਵਾਲੀ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਆਪਣਾ ਉੱਥੇ ਰੱਬ ਤੁਹਾਡਾ ਭਲਾ ਕਰੇ ਜਿਹੜਾ ਪੈਟੀ ਕੁਲਚਾ ਮਿਲਦਾ ਉਹਦੇ 'ਚ ਜਾਵਾਂਗੇ ਤੇ 4 ਵਜੇ ਦੀ ਆਈ ਥਿੰਕ ਟ੍ਰੇਨ ਆ, ਤੁਹਾਨੂੰ ਨੇ ਟਾਈਮ ਦੇਖਿਆ ਸੀਗਾ 4 ਵਜੇ ਦਾ, 9 ਵਜੇ ਉਤਾਰਦੀ ਆ ਅੰਬਾਲੇ। ਮੈਂ ਹੌਲੀ ਤਾਂ ਬੋਲ ਰਿਹਾ ਮੇਰਾ ਲੋਕ ਮੇਰੇ ਕਹਿੰਦੇ ਨੇ ਦੇਖਣ ਲੱਗ ਜਾਣ ਵੀ ਕਿਆ ਕਰਦਾ ਫਿਰਦਾ ਜਾਂਦਾ ਅਤੇ 9 ਵਜੇ ਉਤਾਰਦੀ ਆ ਜਿਹੜੀ 4 ਵਜੇ ਚੱਲਦੀ ਆ ਇੱਥੋਂ। ਇੰਨਾ ਘੁੰਮ ਫਿਰ ਕੇ ਫਿਰ ਚਲੇ ਜਾਵਾਂਗੇ ਆਪਣਾ ਅੰਦਰ ਫਿਰ ਲਈਏ ਦੇਖ ਲਈਏ ਅਤੇ ਤੁਹਾਨੂੰ ਵੀ ਦਿਖਾ ਦਈਏ ਸਾਰਾ ਕਿਵੇਂ ਆ। ਔਰ ਕੁੜੀਆਂ ਵੀ ਚਲਾਉਂਦੀਆਂ ਈ ਰਿਕਸ਼ਾ ਤੇ ਚਲੋ ਮਿਲਦੇ ਤੁਹਾਨੂੰ ਸਿੱਧਾ ਹੋਟਲ 'ਤੇ ਜਾ ਕੇ। ਤੋੜ ਰਹੇ ਸਾਡੇ ਬੰਦੇ ਕਟਾਈਆਂ ਪੂਰੀ ਠੰਡਾ ਕਿੰਨੀ ਪਈ ਆ, ਕਿੰਨੀ ਦੂਰ ਤੇ ਤੁਰ ਕੇ ਆਇਆ। ਮਿੱਤਰੋ ਟਾਈਮ ਹੋ ਗਿਆ 12:00 ਤੇ ਹੋਟਲ 'ਚ ਕਰ ਲਿਆ ਆਪਾਂ ਚੈੱਕਆਊਟ ਤੇ ਹੁਣ ਚੱਲਦੇ ਹਾਂ ਜੱਸੀ ਉਹਨਾਂ ਦੇ ਨਾਲ ਅਮਰੂਦ ਵਾਲੀ ਆਈਸਕ੍ਰੀਮ ਖਾਣ। ਹੈ ਨੁਣ ਮਿਰਚ ਵਾਲੀ ਜੱਸੀ, ਹੈ ਜੱਸੀ ਬਣ ਗਿਆ ਘੋੜੂ, ਹੈ ਬੜਾ ਸੋਹਣਾ ਲੱਗਦਾ ਲਾ ਕੇ ਬੜਾ ਫੱਬਦਾ ਜੀ ਤੇ ਚਲੋ। ਓਏ ਪਹਿਲਾਂ ਆਈਸਕ੍ਰੀਮ ਖਾਣੀ ਕਿ ਪਹਿਲਾਂ ਕੁਲਚਾ ਖਾਣਾ? ਆਪਾਂ ਤਾਂ ਆਈਸਕ੍ਰੀਮ ਖਾ ਗਏ ਪਰ ਕੁਲਚਾ ਖਾਲਚਾ ਐਡਾ ਹੈਵੀ ਨਾਲੇ ਬਾਹਰ ਦਾ ਪੈਟੀ ਕੁਲਚਾ ਖਾਣਾ ਯਾਰ ਲੰਗਰ ਖਾ ਲਿਆ ਨਾ ਤਾਂ ਫਿਰ ਕਿਆ ਹੋ ਗਿਆ, ਊਂ ਹੀ ਡਰੀ ਜਾਂਦਾ ਤੂੰ ਸਰੇ ਥੋੜ੍ਹੀ ਕਰਦੇ ਹਾਂ। ਹੈਂ ਆ ਮੇਰੇ ਯਾਰ ਤੈਂ ਤਾਂ ਲਾਜ ਲਵਾਤੀ, ਓਏ ਉਹਦੇ 'ਚ ਗਰਸ਼ਾਨ ਜੋਗਾ ਲੈ ਲਾ ਕੁਛ, ਉਹਦੇ 'ਚ ਟੀ ਸ਼ਰਟਾਂ ਲੈ ਕੇ ਚੱਲੀਏ ਯਾਰ, ਉਹ ਕਿੱਥੇ ਆ ਹੋਰ ਹੈਂ ਪ੍ਰਿੰਟਡ ਉਹ ਜਿਹੜੀਆਂ ਉਹ ਇੱਧਰਲੇ ਪਾਸੇ ਹੈਗੇ ਆ ਨਾ ਭਾਈ, ਕਿੰਨਾ ਨੰਬਰਾਂ ਦਾ ਉਹਦੇ ਯਾਰ ਦੇਖਣੇ ਤੇ ਪਤਾ ਲੱਗ ਜਾਏਗਾ। ਹੈਂ ਟੀ ਸ਼ਰਟ ਦੇਖ ਕੇ
ਚੱਲ ਦੇਖਦੇ ਆ ਗਰਸ਼ਾਨ ਜੋ ਕੀ ਟੀ ਸ਼ਰਟ ਆ कट ला रंग मेन चक्कर का रंग ना जस्सी ने पता कर लिया भी किधर है कुलचे वाला उधरों इधर जाना पैना फिर बाद चाहना अपने इत्थे ही और नाका जहा लगे पता वीडियो च है ना वे ओ नाका कहने मुड़ते सारे जेड़ा सामने देख रहे हैं थानू चौंक चौंक तो इधर जाओ कहने ते सामने कहने कुलचे वाला ते टाइम कितना हो गया 12:30 हो गया हमने 12:30 का क्या चलो देखते हैं जाके पता कर देख के जस्सी ओए अगे पिछे भी देख ला जा रहा मूँह चक्की ओ सामने लग रहा मैनू है ना मित्रों खा लिए खा के फिर दस देना टेस्ट भाई कुलचा खा लिया साढ़े किन्ने होए ना कर किन्ने करते 140 देखी भीरे 140 करे भीरे मित्रो चलिए हूँ हाँ होया हल कोई सच यार अभी रिव्यू देना भुल गए यार सू हो रही टेंशन छिड़की कुलचा सीगा एन क्रंची स्वाद जी फोटो करा के आए जी फोटो करा के आए थे ना भाई अभी वो शनिवार को करा के आए थे हम ये फोन आया उतों न्यू इंडिया इंश्योरेंस कंपनी तो है ना तो वह कहते भी वह चलनी नहीं हैगी फोटो भी शनिवार को हुई भी हैं तो हम देखो क्या बनता तो जस्सी लेके आया इधर सानू बॉम्बे कुल्फी वाले को है ना
ਨੌਣ ਮਿਰਚ ਵਾਲੀ ਕੁਲਫੀ ਖਾਣੀ ਆ ਬਾਈ ਨੇ। ਕੀ ਹਾਲ ਆ ਬਾਈ? ਨੌਣ ਮਿਰਚ ਵਾਲੀ ਕਿਹੜੀ ਆ ਕੁਲਫੀ ਤੇਰੀ? ਖੋਏ ਵਾਲੀ ਕਿਹੜੀ ਆ? ਮਲਾਈ ਦੇ ਤਾਂ ਬਈ ਕੱਲੀ ਗੁਆਵਾ ਵਾਲੀ ਦੱਸਦੇ। ਗੁਆਵਾ ਚਿੱਲੀ ਮਿਰਚ ਵਾਲੀ ਦੇ ਤਾਂ ਜੀ ਖਾ ਗਏ। ਮੈਂ ਡਰ ਗਿਆ, ਮੈਂ ਕਿਹਾ ਇੱਧਰ ਪਤਾ ਨਹੀਂ ਕੌਣ। ਗੁਆਵਾ ਚਿੱਲੀ ਕਿੰਨੇ ਦੀ ਆ? 85 ਸਾਰੇ ਜੀ, ਥੋੜ੍ਹਾ ਥੋੜ੍ਹਾ ਟੈਸਟ ਕਰ ਲਾਂਗੇ ਨਾ। ਲਓ ਮਿੱਤਰੋ, ਸਟੇਸ਼ਨ 'ਤੇ ਪਹੁੰਚ ਗਏ ਆਪਾਂ ਅਤੇ ਟਿਕਟਾਂ ਲੈ ਲਈਆਂ ਬਾਈ ਨੇ, ਅਤੇ ਚੱਲਦੇ ਹਾਂ ਹੁਣ ਘਰ। 4 ਨੰਬਰ 'ਤੇ ਜਾਣਾ ਆਪਾਂ ਨੇ, ਹੈ ਨਾ? 4 ਨੰਬਰ 'ਤੇ ਕਹਿੰਦੇ ਵੀ ਟ੍ਰੇਨ ਖੜ੍ਹੀ ਆ, 2:23 ਹੋ ਗਏ, ਵੀ 2:30 ਵਜੇ ਨਿਕਲ ਜਾਏਗੀ। ਦੇਖਦੇ ਹਾਂ ਜੇ ਫੜ ਹੋ ਗਈ ਠੀਕ ਆ। ਚਲੋ ਸਾਹਮਣੇ ਆ ਗਿਆ ਸਟੇਸ਼ਨ। ਕਲਾਕਾਰੀਆਂ ਦੇਖ ਲਓ ਬੰਦਿਆਂ ਦੀਆਂ, ਸਾਡਿਆਂ ਦੀਆਂ ਗੋਦੀ ਚੁੱਕ ਕੇ। ਮੈਂ ਤਾਂ ਸੋਹਣਾ ਕਦੇ ਆਇਆ ਨਹੀਂ ਹੈ, ਔਰ ਮੈਂ ਤੈਨੂੰ ਉਹਨੂੰ ਕਿਹਾ ਵੀ ਤੂੰ ਕਹਿੰਦਾ ਇਹਦੇ 'ਚ ਜਾਣਾ ਇਹਦੇ 'ਚ ਚਲੇ ਜਾਓ। ਮੇਰੀ ਗਲਤੀ ਕੀ ਹੈ? ਤੂੰ ਕਹਿ ਇਹਦੇ 'ਚ ਜਾਣਾ ਇਹਦੇ 'ਚ ਚਲੇ ਜਾਓ, 3 ਵਾਲੀ 'ਚ ਜਾਣਾ 3 ਵਾਲੀ 'ਚ। ਯਾਰ ਦੋਨੋਂ 'ਚ ਉਹਦੀ ਗੱਲਾਂ 'ਚ ਆ ਗਏ ਤੁਸੀਂ, ਹੈਂ? ਟਿਕਟ ਨਹੀਂ ਦੇਖੀ ਆਪਣੀ? ਦੇਖ ਟਿਕਟ, ਟਿਕਟ 'ਤੇ ਕੀ ਲਿਖਿਆ? ਅੰਮ੍ਰਿਤਸਰ ਤੇ ਅੰਬਾਲਾ ਕੈਂਟ ਹੁਣ ਇਹ ਤੋਂ ਅਗਲੀ ਟ੍ਰੇਨ ਤੇ ਚੜਾਂਗੇ ਅਸੀਂ। ਆਪਾਂ ਕਿਹੜੇ ਡੱਬੇ? ਇਹ ਵੇ ਡੱਬੇ 'ਚ ਬੈਠੇ ਤੇ ਕਰਤੀ ਹਰੀ ਝੰਡੀ ਨੇ, ਹੁਣ ਆਈ ਆ ਸਾਡੀ ਟ੍ਰੇਨ। ਆਈ ਸੁਣ ਲਓ, ਮੇਰੀ ਬੋਲਣੇ ਦੀ ਲੋੜ ਹੀ ਨਹੀਂ। ਸ਼ਾਨੀ ਪੰਜਾਬ ਐਕਸਪ੍ਰੈਸ ਅੰਮ੍ਰਿਤਸਰ ਸੇ ਨਿਊ ਦਿੱਲੀ ਬਾਰਾਸਾ ਜਾਲੰਧਰ ਸਿਟੀ ਲੁਧਿਆਣਾ ਅੰਬਾਲਾ ਕੈਂਟ ਪਾਨੀਪਤ ਜਿਸਕੀ ਆਮੇ ਕਾ ਸੰਕੇਤ ਹੋ ਚੁੱਕਾ ਹੈ। ਹਾਂ, ਉਹ ਸਾਹਮਣੇ ਦਿਖ ਰਹੀ ਆ ਮੈਂ ਆਤੀ ਹੋਈ। ਸੋਨੂ ਭਾਈ ਜੀ ਆਏ ਹੋਏ ਡਰਾਈਵਰ ਚੇਂਜ ਹੋਣਗੇ ਹੁਣ। ਕਹਦੇ ਕਹਦੇ ਆ ਗਿਆ, ਕਹ ਆ ਗਿਆ, ਕਹ ਰੋਕ ਲਾ ਰੋਕ ਲਾ ਰੋਕ ਲਾ। ਉਹ ਵੀ ਜਰਨਲ ਆ, ਯੋ ਏਸੀ। ਚਲੋ ਚਲੋ ਏਸੀ। ਲਓ ਵੀ ਮਿੱਤਰੋ, ਪਹੁੰਚ ਗਏ ਆਪਾਂ ਆਪਣੇ ਸ਼ਹਿਰ ਐਕਸਾਵੇਟਰ ਤੇ। ਐਕਸਾਵੇਟਰ ਕਹਿੰਦੇ ਆ, ਕਿਆ ਕਹਿੰਦੇ ਇਹਨੂੰ? ਯਾਰ ਪਤਾ ਨਹੀਂ ਕਿਆ ਕਹਿੰਦੇ ਆ। ਅੰਬਾਲੇ ਕੈਂਟ ਪਹੁੰਚ ਗਏ, ਮੋਟਰਸਾਈਕਲ ਖੜ੍ਹਾ ਸਾਡਾ ਅੰਬਾਲਾ ਸਿਟੀ, ਅਤੇ ਹੁਣ ਜਾਵਾਂਗੇ ਅਤੇ ਮੋਟਰਸਾਈਕਲ ਚੱਕਾਂਗੇ ਅਤੇ ਘਰ ਜਾਵਾਂਗੇ। ਅਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ? ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ।
ताकि नोटिफिकेशन पहुंच जाए वीडियो सब तो पहला थोड़े को। सत श्रीकाल, मिलते हैं अगले ब्लॉग। रब रखा।